ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ, ਇੱਕ ਤਾਂ ਜੋ DAP ਦੀ ਕਮੀ ਆ ਰਹੀ ਹੈ, ਖਾਸ ਕਰ ਸਾਡਾ ਇੱਕ ਬਲਾਕ ਆ ਖਮਾਣੋ ਬਲਾਕ ਜਿੱਥੇ ਆਲੂਆਂ ਦੀ ਕਾਸ਼ਤ ਬਹੁਤ ਜ਼ਿਆਦਾ ਹੁੰਦੀ ਆ, ਅਤੇ ਉੱਥੇ DAP ਬਿਲਕੁਲ ਵੀ ਨਹੀਂ ਪਹੁੰਚਿਆ। ਉਸ ਬਾਬਤ ਅਸੀਂ ਪਹਿਲਾਂ ਵੀ 21 ਅਗਸਤ ਨੂੰ ਮੰਗ ਪੱਤਰ ਦੇ ਕੇ ਗਏ ਸੀ, ਅੱਜ ਅਸੀਂ ਉਸ ਗੱਲ ਚੱਕਰ ਦੇ ਵਿੱਚ ਫਿਰ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਤਾਂ ਕਿ ਉਹ ਏਰੀਏ ਵਿੱਚ ਹੁਣ ਆਲੂ ਦੀ ਬਿਜਾਈ ਸ਼ੁਰੂ ਹੋਣ ਵਾਲੀ 1-2 ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ DAP ਦਾ ਉੱਥੇ ਪ੍ਰਬੰਧ ਕੀਤਾ ਜਾਵੇ। ਦੂਜਾ ਸਾਡਾ ਮਸਲਾ ਹੈ ਗੁੱਜਰਾਂ ਦਾ, ਜਿਹੜੇ ਗੁੱਜਰਾਂ ਦੇ ਅਵਾਰਾ ਡੰਗਰ ਘੁੰਮਦੇ ਅਸੀਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ, ਪਰ ਪ੍ਰਸ਼ਾਸਨ ਨੇ ਹਜੇ ਤੱਕ ਇਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ। ਜੇ ਪ੍ਰਸ਼ਾਸਨ ਅੱਗੇ ਤੋਂ ਵੀ ਐਕਸ਼ਨ ਨਹੀਂ ਲੈਂਦਾ ਤਾਂ ਫਿਰ ਜਥੇਬੰਦੀ ਸੰਘਰਸ਼ ਦੇ ਰਾਹ ਦੇ ਉੱਤੇ ਆ। ਅਸੀਂ ਅੱਜ ਜਿਹੜਾ DAP ਦੀ ਮੰਗ ਦੇ ਸੰਬੰਧੀ ਜਿਹੜਾ ਇੱਕ ਮੰਗ ਪੱਤਰ ਦਿੱਤਾ, ਜੋ ਕਿ ਪਹਿਲਾਂ ਵੀ ਅਸੀਂ 21 ਅਗਸਤ ਨੂੰ ਇਸ ਸੰਬੰਧੀ ਕਮਾਨ ਦਿੱਤਾ ਸੀ, ਪਰ ਜਿਹੜਾ ਸਾਡੇ ਖਮਾਣੋ ਬਲਾਕ ਦੇ ਵਿੱਚ ਬਹੁਤ ਨਾ ਮਾਤਰ ਸਪਲਾਈ ਜਿਹੜੀ DAP ਦੀ ਪਹੁੰਚੀ ਹੈ। ਕਾਰਨ ਪਤਾ ਨਹੀਂ ਕੀ ਹੈ, IFFCO ਜਿਹੜਾ ਕਿ ਕਿਸਾਨਾਂ ਦਾ ਆਪਣਾ ਅਦਾਰਾ, ਇੱਕ ਫਾਰਮਰ ਜਿਹੜਾ ਕੋਆਪਰੇਟਿਵ ਸੈਕਟਰ ਦਾ ਅਦਾਰਾ, ਉਹ ਵੀ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਿਹਾ, ਨਾਲ ਪ੍ਰਾਈਵੇਟ ਫਾਰਮਾਂ ਵਾਂਗੂ ਉਹ ਵੀ ਨਾਲ ਐਸੀਆਂ ਚੀਜ਼ਾਂ ਸਾਨੂੰ ਨੈਨੋ ਯੂਰੀਆ ਵਗੈਰਾ ਹੋਰ ਉਹ ਨਾ ਵਰਤਣਯੋਗ ਚੀਜ਼ਾਂ ਦੇ ਰਿਹਾ, ਜਿਹਦੇ ਕਰਕੇ ਕਿਸਾਨ ਦੇ ਉਪਯੋਗ ਦੇ ਵਿੱਚ ਨਹੀਂ ਆ ਰਹੀ ਹੈ, ਜਿਹੜਾ DAP ਲੋੜ ਉਹ ਨਹੀਂ ਦੇ ਰਿਹਾ। ਇਸ ਕਰਕੇ ਅੱਜ ਫਿਰ ਅਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਜਿਹੜਾ ਮੰਗ ਪੱਤਰ ਦਿੱਤਾ।